ਆਪਾਂ ਧਾਰਮਿਕ ਧਿਰ ਖੜੀ ਕਰਨ ਲੱਗੇ ਹਾਂ ਕਿਉਂਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਇਹਦੇ ਬਾਰੇ ਵਾਲੇ ਬੱਚਿਆਂ ਨੂੰ ਪਤਾ ਨਹੀਂ ਗਾ, ਅਸੀਂ ਤੁਹਾਨੂੰ ਕਿਤਾਬ ਦੇ ਕੇ ਜਾਵਾਂਗੇ, ਤੁਸੀਂ ਵੰਡੇ ਹੋਏ ਇੱਥੇ ਕਿਤਾਬਾਂ ਦੇ ਜਾਵਾਂਗੇ। 1943-44 ਚ ਹੋਂਦ ਚ ਆਈ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਲਾਹੌਰ ਕਾਲਜ ਦੇ ਵਿੱਚ, ਕਿਉਂਕਿ ਉਦੋਂ ਪਾਕਿਸਤਾਨ ਅਤੇ ਹਿੰਦੁਸਤਾਨ ਦੀ ਵੰਡ ਨਹੀਂ ਹੋਈ ਸੀਗੀ। ਲਾਹੌਰ ਕਾਲਜ ਦੇ ਵਿੱਚ ਸਾਡੇ ਸਿੱਖ ਨੌਜਵਾਨ ਸੀ ਜਿਹੜੇ, ਉਹਨਾਂ ਦੀ ਕੋਈ ਜਥੇਬੰਦੀ ਨਹੀਂ ਸੀ। ਕਾਂਗਰਸ ਦੀ ਹੈਗੀ ਸੀ, ਕਾਂਗਰਸ ਸਟੂਡੈਂਟ ਯੂਨੀਅਨ, ਕਾਂਗਰਸਾਂ ਦੀ ਕਾਂਗਰਸ ਜਿਵੇਂ ਉਹ ਹੁਣ ਧਰਨਾ ਲਾਈ ਬੈਠੇ ਸਟੂਡੈਂਟ ਯੂਨੀਅਨ, ਅਤੇ ਮੁਸਲਮਾਨਾਂ ਦੀ ਮੁਸਲਿਮ ਲੀਗ ਸਟੂਡੈਂਟ ਯੂਨੀਅਨ ਸੀਗੀ, ਉਹ ਆਪੋ ਆਪਣੀਆਂ ਮੰਗਾਂ ਉਠਾਉਂਦੇ ਸੀ। ਜਿਹੜੇ ਸਿੱਖ ਨੌਜਵਾਨ ਸੀ ਉਹਨਾਂ ਦੀ ਕੋਈ ਮੰਗ ਉਠਾਉਣਾ, ਉਹਨਾਂ ਦੀ ਆਵਾਜ਼, ਉਹਨਾਂ 'ਤੇ ਜਿਹੜਾ ਕੋਈ ਉੱਥੇ ਜਾ ਕੇ ਕੜੇ ਲਵਾਉਂਦੇ ਸੀ, ਸਾਰਾ ਨਵਾਜ਼ ਹੁਣ ਵੀ ਦੇਣੀ ਆਪਾਂ ਸਾਰ, ਕਿਉਂਕਿ ਅਸੀਂ ਗੁਲਾਮ ਹਾਂ ਪਹਿਲਾਂ ਤੋਂ ਹੀ, ਸਾਡੇ ਨਾਲ ਧੱਕੇ ਸ਼ਾਹੀ ਉਸ ਸਮੇਂ ਕੋਈ ਬਾਂਹ ਫੜਦਾ ਨਹੀਂ ਸੀ। ਜਿਹੜੇ ਨੌਜਵਾਨ ਸਰੂਪ ਸਿੰਘ ਕੱਲਾ, ਉਹਨਾਂ ਨੂੰ ਇਹਦਾ ਪਹਿਲਾ ਪ੍ਰਧਾਨ 1943-44 'ਚ ਬਣਾਇਆ ਗਿਆ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਬਹੁਤ ਵਧੀਆ ਬੰਦੇ ਪੈਦਾ, ਜਗਮੀਤ ਸਿੰਘ ਬਰਾੜ ਜਿਹੜੇ ਵਾਜੇ ਪੰਜਾਬ, ਜਿਹੜੇ ਸਿਲੈਕਸ਼ਨ ਵੀ ਹੋਏ ਸੁਖਬੀਰ ਬਾਦਲ ਨੂੰ ਹਰਾਇਆ ਸੀ, ਗੁਰਮੀਤ ਸਿੰਘ, ਜਗਦੇਵ ਸਿੰਘ ਕੁੜੀਆਂ ਜਿਹੜੇ, ਗੁਰਮੀਤ ਸਿੰਘ ਕੁੜੀਆਂ ਨਹੀਂ ਇਸ ਟਾਈਮ ਆਪਣੇ ਮੰਤਰੀ, ਉਹਨਾਂ ਦੇ ਪਿਤਾ ਡਾਕਟਰ ਮਨਮੋਹਨ ਸਿੰਘ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ, ਉਹ ਵੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਰਹੇ ਆ। ਆਪਾਂ ਕਿਸੇ ਲੜਾਈ ਝਗੜਾ ਨਹੀਂ ਕਰਨਾ ਗਾ, ਆਪਾਂ ਜਿਹੜੇ ਨੌਜਵਾਨਾਂ ਦੀ ਜਿਹੜੀਆਂ ਮੰਗਾਂ, ਜੇ ਸਰਕਾਰ ਜਿਵੇਂ ਹੁਣ BSC ਐਗਰੀਕਲਚਰ ਆ, ਹੋਰ ਕੋਈ ਮਸਲੇ ਆ ਚਾਹੇ ਸਟੂਡੈਂਟਾਂ ਨਾਲ ਸੰਬੰਧਿਤ, ਉਹ ਉਠਾਉਣੇ ਆਪਾਂ। ਤੁਸੀਂ ਪੜ੍ਹਾਈ ਕਰੋ, ਚੰਗੀ ਵਿੱਦਿਆ ਲੈ ਕੇ ਸਾਨੂੰ ਅਫਸਰ ਬਣਨਾ ਚਾਹੀਦਾ, ਇਹਦੇ 'ਚ ਚੰਗੇ ਅਹੁਦਿਆਂ 'ਤੇ ਗਏ ਬੰਦੇ, ਵੀਰ ਦਵਿੰਦਰ ਸਿੰਘ ਸਪੀਕਰ ਰਹੇ ਵਿਧਾਨ ਸਭਾ ਦੇ, ਉਹ ਵੀ ਇੱਥੋਂ ਗਏ ਆ। ਤੁਸੀਂ ਪ੍ਰੋਫੈਸਰ ਆ ਕਾਲਜਾਂ ਦੇ ਬਹੁਤ ਜ਼ਿਆਦਾ, ਜਿਹੜੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚੋਂ ਗਏ ਆ। ਇਹ ਇੱਕ ਸਿੱਖਾਂ ਦੀ ਇੱਕ ਜਥੇਬੰਦੀ ਸੀ, ਜਿਹੜੇ ਸਿੱਖ ਨੌਜਵਾਨ ਪੜ੍ਹੇ ਸੀਗੇ, ਗੁਰਮਤਿ ਦੇ ਕੈਂਪ ਅਸੀਂ ਪਹਿਲਗਾਮ ਲਗਾਏ ਸੀ ਪਿਛਲੀ 8 ਬੱਸਾਂ ਜੀ ਇੱਥੋਂ, ਹੁਣ ਵੀ ਮਹਾਰਾਜ ਕਿਰਪਾ ਕਰੇ ਆਪਾਂ ਕੈਂਪ ਲਾਉਣਾ ਪਹਿਲਗਾਮ ਸ਼੍ਰੀਨਗਰ। 80,000-90,000 'ਚ ਇੱਕ ਬੱਸ ਕੀਤੀ, ਗੁਰਮਤਿ ਦਾ ਕੈਂਪ ਲਾਇਆ, ਪ੍ਰੋਫੈਸਰ ਲਗਾਏ ਵਧੀਆ ਵਿਦਵਾਨ ਯੂਨੀਵਰਸਿਟੀਆਂ ਦੇ, ਉੱਥੇ ਸਾਰਾ ਰਹਿਣ ਸਹਿਣ ਦਾ ਖਰਚਾ ਸਾਡਾ ਸੀ। ਇਹ ਗੁਰਮਤਿ ਦੇ ਟ੍ਰੇਨਿੰਗ ਦੇ ਕੈਂਪ ਫੈਡਰੇਸ਼ਨ ਪਹਿਲਾਂ ਤੋਂ ਲਾਉਂਦੀ ਆਈ ਕਾਲਜਾਂ ਦੇ ਵਿੱਚ, ਸਾਡੇ ਨੌਜਵਾਨਾਂ ਨੂੰ, ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਪਤਾ ਲੱਗ ਸਕੇ, ਕਿੰਨੀਆਂ ਵੱਡੀਆਂ ਮਹਾਨ ਕੁਰਬਾਨੀਆਂ, ਛੋਟੇ ਛੋਟੇ ਸਾਹਿਬਜ਼ਾਦੇ ਨੇ ਸ਼ਹੀਦੀਆਂ ਦਿੱਤੀਆਂ, ਬਾਬਾ ਬੰਦਾ ਸਿੰਘ ਬਹਾਦਰ ਜਿਹਦਾ ਆਪਦਾ 6 ਸਾਲ ਦੇ ਬੱਚੇ ਦਾ ਕਲੇਜਾ ਮੂੰਹ 'ਚ ਕੱਢ ਕੇ ਪਾਇਆ ਗਿਆ, ਪਿੰਜਰੇ 'ਚ ਬੰਦ ਕੀਤਾ ਗਿਆ, ਜ਼ਮੀਰਾਂ ਨਾਲ ਨੋਚਿਆ ਗਿਆ, ਭਾਈ ਤਾਰੂ ਸਿੰਘ ਜੀ ਨੇ ਖੋਪਰ ਲਹਾਇਆ, ਕਿੱਡਾ ਵੱਡਾ ਇਤਿਹਾਸ ਹੈ ਸਾਡਾ। ਇੱਥੇ ਖੰਡਪੁਰ ਸਾਹਿਬ ਪ੍ਰਕਾਸ਼ ਕਰੋ, ਗੁਰਮਤਿ ਤੁਸੀਂ ਜਦੋਂ ਵੀ ਕਹੋਗੇ ਸਾਨੂੰ ਕੋਈ ਪ੍ਰੋਫੈਸਰ ਵਧੀਆ ਵਿਦਵਾਨ ਜਿਹੜੇ ਤੁਹਾਨੂੰ ਸਿੱਖਿਆ ਦੇਣ ਚੰਗੀ, ਗੁਰੂ ਦੇ ਨਾਲ ਜੋੜਨ, ਗੁਰਮਤਿ ਦੇ ਰਾਹ 'ਤੇ ਜੋੜਨ, ਚਾਹੇ ਜੇ ਸ਼ਹੀਦੀ ਦਿਹਾੜੇ ਹੁੰਦੇ ਸਾਡੇ ਉਹ ਦਿਹਾੜੇ ਮਨਾਇਆ ਕਰੋ। ਆਪਾਂ ਧਾਰਮਿਕ ਧਿਰ ਖੜੀ ਕਰਨ ਲੱਗੇ ਹਾਂ ਕਿਉਂਕਿ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਇਹਦੇ ਬਾਰੇ ਵਾਲੇ ਬੱਚਿਆਂ ਨੂੰ ਪਤਾ ਨਹੀਂ ਗਾ, ਅਸੀਂ ਤੁਹਾਨੂੰ ਕਿਤਾਬ ਦੇ ਕੇ ਜਾਵਾਂਗੇ, ਤੁਸੀਂ ਵੰਡੇ ਹੋਏ ਇੱਥੇ ਕਿਤਾਬਾਂ ਦੇ ਜਾਵਾਂਗੇ। 1943-44 ਚ ਹੋਂਦ ਚ ਆਈ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਲਾਹੌਰ ਕਾਲਜ ਦੇ ਵਿੱਚ, ਕਿਉਂਕਿ ਉਦੋਂ ਪਾਕਿਸਤਾਨ ਅਤੇ ਹਿੰਦੁਸਤਾਨ ਦੀ ਵੰਡ ਨਹੀਂ ਹੋਈ ਸੀਗੀ। ਲਾਹੌਰ ਕਾਲਜ ਦੇ ਵਿੱਚ ਸਾਡੇ ਸਿੱਖ ਨੌਜਵਾਨ ਸੀ ਜਿਹੜੇ, ਉਹਨਾਂ ਦੀ ਕੋਈ ਜਥੇਬੰਦੀ ਨਹੀਂ ਸੀਗੀ। ਕਾਂਗਰਸ ਦੀ ਹੈਗੀ ਸੀ, ਕਾਂਗਰਸ ਸਟੂਡੈਂਟ ਯੂਨੀਅਨ, ਕਾਂਗਰਸਾਂ ਦੀ ਕਾਂਗਰਸ ਜਿਵੇਂ ਉਹ ਹੁਣ ਧਰਨਾ ਲਾਈ ਬੈਠੇ ਸਟੂਡੈਂਟ ਯੂਨੀਅਨ, ਅਤੇ ਮੁਸਲਮਾਨਾਂ ਦੀ ਮੁਸਲਿਮ ਲੀਗ ਸਟੂਡੈਂਟ ਯੂਨੀਅਨ ਸੀਗੀ, ਉਹ ਆਪੋ ਆਪਣੀਆਂ ਮੰਗਾਂ ਉਠਾਉਂਦੇ ਸੀ। ਜਿਹੜੇ ਸਿੱਖ ਨੌਜਵਾਨ ਸੀ ਉਹਨਾਂ ਦੀ ਕੋਈ ਮੰਗ ਉਠਾਉਣਾ, ਉਹਨਾਂ ਦੀ ਆਵਾਜ਼, ਉਹਨਾਂ 'ਤੇ ਜਿਹੜਾ ਕੋਈ ਉੱਥੇ ਜਾ ਕੇ ਕੜੇ ਲਵਾਉਂਦੇ ਸੀ, ਸਾਰਾ ਨਵਾਜ਼ ਹੁਣ ਵੀ ਦੇਣੀ ਆਪਾਂ, ਕਿਉਂਕਿ ਅਸੀਂ ਗੁਲਾਮ ਹਾਂ ਪਹਿਲਾਂ ਤੋਂ ਹੀ, ਸਾਡੇ ਨਾਲ ਧੱਕੇ ਸ਼ਾਹੀ ਉਸ ਸਮੇਂ ਕੋਈ ਬਾਂਹ ਫੜਦਾ ਨਹੀਂ ਸੀ। ਜਿਹੜੇ ਨੌਜਵਾਨ ਸਰੂਪ ਸਿੰਘ ਕੱਲਾ, ਉਹਨਾਂ ਨੂੰ ਇਹਦਾ ਪਹਿਲਾ ਪ੍ਰਧਾਨ 1943-44 'ਚ ਬਣਾਇਆ ਗਿਆ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਬਹੁਤ ਵਧੀਆ ਬੰਦੇ ਪੈਦਾ, ਜਗਮੀਤ ਸਿੰਘ ਬਰਾੜ ਜਿਹੜੇ ਵਾਜੇ ਪੰਜਾਬ, ਜਿਹੜੇ ਸਿਲੈਕਸ਼ਨ ਵੀ ਹੋਏ ਸੁਖਬੀਰ ਬਾਦਲ ਨੂੰ ਹਰਾਇਆ ਸੀ, ਗੁਰਮੀਤ ਸਿੰਘ, ਜਗਦੇਵ ਸਿੰਘ ਕੁੜੀਆਂ ਜਿਹੜੇ, ਗੁਰਮੀਤ ਸਿੰਘ ਕੁੜੀਆਂ ਨਹੀਂ ਇਸ ਟਾਈਮ ਆਪਣੇ ਮੰਤਰੀ, ਉਹਨਾਂ ਦੇ ਪਿਤਾ ਡਾਕਟਰ ਮਨਮੋਹਨ ਸਿੰਘ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ, ਉਹ ਵੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਰਹੇ ਆ। ਆਪਾਂ ਕਿਸੇ ਲੜਾਈ ਝਗੜਾ ਨਹੀਂ ਕਰਨਾ ਗਾ, ਆਪਾਂ ਜਿਹੜੇ ਨੌਜਵਾਨਾਂ ਦੀ ਜਿਹੜੀਆਂ ਮੰਗਾਂ, ਜੇ ਸਰਕਾਰ ਜਿਵੇਂ ਹੁਣ BSC ਐਗਰੀਕਲਚਰ ਆ, ਹੋਰ ਕੋਈ ਮਸਲੇ ਆ ਚਾਹੇ ਸਟੂਡੈਂਟਾਂ ਨਾਲ ਸੰਬੰਧਿਤ, ਉਹ ਉਠਾਉਣੇ ਆਪਾਂ।
ਤੁਸੀਂ ਪੜ੍ਹਾਈ ਕਰੋ, ਚੰਗੀ ਵਿੱਦਿਆ ਲੈ ਕੇ ਸਾਨੂੰ ਅਫਸਰ ਬਣਨਾ ਚਾਹੀਦਾ। ਇਹਦੇ ਵਿੱਚ ਚੰਗੇ ਅਹੁਦਿਆਂ 'ਤੇ ਗਏ ਬੰਦੇ, ਵੀਰ ਦਵਿੰਦਰ ਸਿੰਘ ਸਪੀਕਰ ਨੇ ਵਿਧਾਨ ਸਭਾ ਦੇ, ਉਹ ਵੀ ਇੱਥੋਂ ਗਏ ਆ। ਤੁਸੀਂ ਪ੍ਰੋਫੈਸਰਾਂ ਕਾਲਜਾਂ ਦੇ ਬਹੁਤ ਜ਼ਿਆਦਾ ਜਿਹੜੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚੋਂ ਗਏ ਆ। ਇਹ ਇੱਕ ਸਿੱਖਾਂ ਦੀ ਇੱਕ ਜਥੇਬੰਦੀ ਸੀ, ਜਿਹੜੇ ਸਿੱਖ ਨੌਜਵਾਨ ਪੜ੍ਹੇ ਸੀਗੇ, ਗੁਰਮਤਿ ਦੇ ਕੈਂਪ ਅਸੀਂ ਪਹਿਲਗਾਮ ਲਗਾਏ ਸੀ ਪਿਛਲੀ 8 ਬੱਸਾਂ ਜੀ। ਹੁਣ ਵੀ ਮਹਾਰਾਜ ਕਿਰਪਾ ਕਰੇ ਆਪਾਂ ਕੈਂਪ ਲਾਉਣਾ ਪਹਿਲਗਾਮ ਸ਼੍ਰੀਨਗਰ। 80-90 ਹਜ਼ਾਰ 'ਚ ਇੱਕ ਬੱਸ ਕੀਤੀ, ਗੁਰਮਤਿ ਦਾ ਕੈਂਪ ਲਾਇਆ, ਪ੍ਰੋਫੈਸਰ ਲਗਾਏ ਵਧੀਆ ਵਿਦਵਾਨ ਯੂਨੀਵਰਸਿਟੀਆਂ ਦੇ, ਉੱਥੇ ਸਾਰਾ ਰਹਿਣ ਸਹਿਣ ਦਾ ਖਰਚਾ ਸਾਡਾ ਸੀ। ਇਹ ਗੁਰਮਤਿ ਦੇ ਟ੍ਰੇਨਿੰਗ ਦੇ ਕੈਂਪ ਫੈਡਰੇਸ਼ਨ ਪਹਿਲਾਂ ਤੋਂ ਲਾਉਂਦੀ ਆ ਜੀ ਕਾਲਜਾਂ ਦੇ ਵਿੱਚ, ਸਾਡੇ ਨੌਜਵਾਨਾਂ ਨੂੰ, ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਪਤਾ ਲੱਗ ਸਕੇ, ਕਿੰਨੀਆਂ ਵੱਡੀਆਂ ਮਹਾਨ ਕੁਰਬਾਨੀਆਂ ਛੋਟੇ ਛੋਟੇ ਸਾਹਿਬਜ਼ਾਦੇ ਨੇ ਸ਼ਹੀਦੀਆਂ ਦਿੱਤੀਆਂ। ਬਾਬਾ ਬੰਦਾ ਸਿੰਘ ਬਹਾਦਰ ਜਿਹਦਾ ਆਪਦਾ 6 ਸਾਲ ਦੇ ਬੱਚੇ ਦਾ ਕਲੇਜਾ ਮੂੰਹ 'ਚ ਕੱਢ ਕੇ ਪਾਇਆ ਗਿਆ, ਪਿੰਜਰੇ 'ਚ ਬੰਦ ਕੀਤਾ ਗਿਆ, ਜਮੂਰਾਂ ਨਾਲ ਨੋਚਿਆ ਗਿਆ, ਭਾਈ ਤਾਰੂ ਸਿੰਘ ਜੀ ਨੇ ਖੋਪਰ ਲਹਾਇਆ, ਕਿੱਡਾ ਵੱਡਾ ਇਤਿਹਾਸ ਹੈ ਸਾਡਾ। ਇੱਥੇ ਖੰਡਪੁਰ ਸਾਹਿਬ ਪ੍ਰਕਾਸ਼ ਕਰੋ ਗੁਰਮਤਿ, ਤੁਸੀਂ ਜਦੋਂ ਵੀ ਕਹੋਗੇ ਸਾਨੂੰ ਕੋਈ ਪ੍ਰੋਫੈਸਰ ਵਧੀਆ ਵਿਦਵਾਨ ਜਿਹੜੇ ਤੁਹਾਨੂੰ ਸਿੱਖਿਆ ਦੇਣ, ਚੰਗੀ ਗੁਰੂ ਦੇ ਨਾਲ ਜੋੜਨ, ਗੁਰਮਤਿ ਦੇ ਰਾਹ 'ਤੇ ਜੋੜਨ, ਚਾਹੇ ਜੇ ਸ਼ਹੀਦੀ ਦਿਹਾੜੇ ਹੁੰਦੇ ਸਾਡੇ ਉਹ ਦਿਹਾੜੇ ਮਨਾਇਆ ਕਰੋ।